ਪਾਠ 11 ਕਾਲੀ ਚਿੜੀ ਤੇ ਦਰਿਆ। ਉਦੇਸ਼ ਪਾਣੀ ਦੇ ਪ੍ਰਦੂਸ਼ਿਤ ਹੋਣ ਤੇ ਪ੍ਰਕਿਰਤੀ ਤੇ ਪੈਂਦੇ ਮਾੜੇ ਪ੍ਰਭਾਵ। ਪਿੰਡ ਦੇ ਬਾਹਰ ਇੱਕ ਬਹੁਤ ਪੁਰਾਣਾ ਦਰਿਆ ਵਗਦਾ ਸੀ। ਪਿੰਡ ਦੇ ਲੋਕ ਉਸ ਨੂੰ ਬੁੱਢਾ ਦਰਿਆ ਆਖਦੇ। ਉਸ ਦਾ ਪਾਣੀ ਜਿੱਥੇ ਪਿੰਡ ਦੇ ਵਿਕਾਸ ਵਿੱਚ ਕੰਮ ਆਉਂਦਾ, ਯਾਤਰੂਆਂ ਦੀ ਤ੍ਰੇਹ ਬੁਝਾਉਂਦਾ, ਉੱਥੇ ਜੀ ਜੰਤ ਵੀ ਪਾਣੀ ਪੀਂਦੇ। ਇੱਕ ਕਾਲੀ ਚਿੜੀ ਹੋਰਾਂ ਪੰਛੀਆਂ ਦੇ ਨਾਲ ਦਰਿਆ ਉੱਤੇ ਇੱਧਰ ਉੱਧਰ ਉੱਡ ਉੱਡ ਖੇਡਦੀ। ਦਰਿਆ ਪੰਛੀਆਂ ਨੂੰ ਕਾਲੀ ਚਿੜੀ ਨਾਲ ਖੇਡਦਿਆਂ ਦੇਖ ਕੇ ਖੁਸ਼ ਹੁੰਦਾ। ਕਾਲੀ ਚਿੜੀ ਬੜੀ ਸੋਹਣੀ ਅਤੇ ਚੰਚਲ ਸੀ। ਇੱਕ ਦਿਨ ਕਾਲੀ ਚਿੜੀ ਦਰਿਆ ਦੇ ਕਿਨਾਰੇ ਬੈਠੀ ਪਾਣੀ ਪੀ ਰਹੀ ਸੀ। ਪਤਾ ਨਹੀਂ ਦਰਿਆ ਨੂੰ ਕੀ ਹੋਇਆ ਕਿ ਉਸਨੇ ਅਚਾਨਕ ਕਿਹਾ, ਨੀ ਚਿੜੀਏ, ਤੇਰੀ ਛੋਟੀ ਜਿਹੀ ਦੇਹ ਹੈ, ਨਿੱਕੀ ਜਿਹੀ ਤੇਰੀ ਪਿਆਸ ਹੈ। ਉਹ ਤਾਂ ਹੈ ਹੀ, ਚਿੜੀ ਦਾ ਧਿਆਨ ਪਾਣੀ ਪੀਣ ਵੱਲ ਸੀ। ਦੇਖ ਮੇਰੇ ਵੱਲ, ਕਿੰਨੀ ਵਿਸ਼ਾਲ ਦੇਹ ਹੈ ਮੇਰੀ, ਹੈ ਨਾ ਮੀਲਾਂ ਤੱਕ ਫੈਲੀ। ਦਰਿਆ ਨੇ ਖਿੱਚ ਕੇ ਕਿਹਾ, ਮੇਰੀ ਹੀ ਕੀ, ਮੇਰੇ ਜਿਹੇ ਹੋਰਾਂ ਪੰਛੀਆਂ ਦੀ ਪਿਆਸ ਵੀ ਥੋੜੀ ਜਿਹੀ ਹੈ। ਹਾਂ ਸੁਣ ਬਾਬਾ, ਜੇ ਸਾਡੀ ਪਿਆਸ ਨਿੱਕੀ ਹੈ ਤਦੇ ਤੂੰ ਦਰਿਆ ਹੈ। ਕਾਲੀ ਚਿੜੀ ਨੂੰ ਦਰਿਆ ਦੀਆਂ ਗੱਲਾਂ ਅਟਪਟੀਆਂ ਲੱਗ ਰਹੀਆਂ ਸਨ। ਸੁਣਨੀ ਚਿੜੀਏ, ਤੇਰੇ ਵਰਗੇ ਅਨੇਕਾਂ ਜੀਵ ਮੇਰੇ ਦਰ ਤੇ ਆਉਂਦੇ ਨੇ ਅਤੇ ਮੈਂ ਪਾਣੀ ਦੀ ਦਾਤ ਬਖਸ਼ਦਾ ਹਾਂ। ਸੋਚ, ਜੇ ਮੈਂ ਨਾ ਹੋਵਾਂ ਤਾਂ ਤੁਹਾਡਾ ਕੀ ਬਣੇ। ਦਰਿਆ ਦੀ ਖਿੱਜ ਆਕੜ ਚ ਬਦਲਣ ਲੱਗੀ। ਬਾਬਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਕਈ ਪੁਸ਼ਤਾਂ ਨੇ ਤੇਰਾ ਪਾਣੀ ਪੀਤਾ, ਪਰ ਚਿੜੀ ਜਵਾਬ ਦਿੰਦਿਆਂ ਕੁਝ ਸੋਚ ਚ ਪੈ ਗਈ। ਕਾਲੀ ਚਿੜੀ ਹੋਰ ਬਿਨਾਂ ਕੁਝ ਕਹੇ ਚੁੱਪ ਚਾਪ ਉੜ ਗਈ। ਕਾਲੀ ਚਿੜੀ ਦੀ ਉਦਾਸੀ ਪਲਾਂ ਚ ਹੀ ਪਸ਼ੂ ਪੰਛੀਆਂ ਚ ਫੈਲ ਗਈ। ਸਾਰੇ ਪਸ਼ੂ ਪੰਛੀ ਉਸਦੇ ਦੁਆਲੇ ਇਕੱਠੇ ਹੋ ਗਏ। ਚਿੜੀ ਨੇ ਸਾਰੀ ਗੱਲ ਸੁਣਾਈ। ਨਹੀਂ ਚਿੜੀਏ, ਤੈਨੂੰ ਗਲਤੀ ਲੱਗੀ ਹੈ, ਦਰਿਆ ਇਸ ਤਰ੍ਹਾਂ ਨਹੀਂ ਕਰ ਸਕਦਾ। ਹਾਥੀ ਨੇ ਉਸਦੀ ਗੱਲ ਸੁਣਦਿਆਂ ਕਿਹਾ, ਦਰਿਆ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ, ਦਰਿਆ ਚ ਤਾਂ ਬਹੁਤ ਸਹਿਜਤਾ ਹੈ, ਉਹ ਕ੍ਰੋਧਵਾਨ ਹੋ ਹੀ ਨਹੀਂ ਸਕਦਾ। ਕੱਛੂ ਨੇ ਆਪਣੀ ਗੱਲ ਨੂੰ ਦ੍ਰਿੜਤਾ ਨਾਲ ਕਿਹਾ, ਪਰ ਮੇਰਾ ਕੋਈ ਯਕੀਨ ਕਿਉਂ ਨਹੀਂ ਕਰਦਾ, ਬਾਬਾ ਯੂੰ ਹੀ ਬੋਲਿਆ ਹੈ। ਚਿੜੀ ਨੇ ਰੋਣ ਹਾਕੀ ਹੋ ਕੇ ਕਿਹਾ, ਨਾਲੇ ਬਾਬਾ ਕਹਿੰਦੀ ਹੈ, ਨਾਲੇ ਬਾਬੇ ਦੀਆਂ ਗੱਲਾਂ ਦਾ ਗੁੱਸਾ ਕਰਦੀ ਹੈ। ਬਾਂਦਰ ਨੇ ਚਿੜੀ ਨੂੰ ਝਿੜਕਦਿਆਂ ਜਿਹਾ ਕਿਹਾ, ਉਹ ਤਾਂ ਦੇਵਤਾ ਹੈ ਦੇਵਤਾ। ਇੱਕ ਹਿਰਨੀ ਨੇ ਅੱਖਾਂ ਬੰਦ ਕਰਦਿਆਂ ਕਿਹਾ, ਜਿਵੇਂ ਕੋਈ ਦੇਵਤੇ ਨੂੰ ਧਿਆ ਰਿਹਾ ਹੋਵੇ। ਦੇਵਤਾ, ਚਿੜੀ ਨੇ ਇਕਦਮ ਹੈਰਾਨੀ ਨਾਲ ਕਿਹਾ, ਹਾਂ ਦੇਵਤਾ, ਇੱਕ ਵਾਰ ਮੈਂ ਬਹੁਤ ਬਿਮਾਰ ਸੀ, ਚੱਲ ਫਿਰ ਵੀ ਨਹੀਂ ਸਕਦੀ ਸੀ, ਪਾਣੀ ਦੀ ਤ੍ਰੇਹ ਲੱਗੀ, ਕੋਲ ਕੋਈ ਹੈ ਨਹੀਂ ਸੀ, ਡਿੱਗਦੀ ਢਹਿੰਦੀ ਤੁਰ ਪਈ, ਪਰ ਦਰਿਆ ਤੋਂ ਉਰੇ ਹੀ ਡਿੱਗ ਪਈ। ਦਰਿਆ ਨੇ ਦੇਖਿਆ ਤਾਂ ਉਹ ਮੇਰੇ ਕੋਲ ਖੁਦ ਆ ਗਿਆ, ਮੈਨੂੰ ਪਾਣੀ ਪਿਆਇਆ ਅਤੇ ਮੇਰੇ ਸਿਰ ਤੇ ਹੱਥ ਫੇਰ ਕੇ ਚਲਾ ਗਿਆ। ਹਿਰਨੇ ਨੇ ਆਪਣੀ ਗੱਲ ਪੂਰੀ ਕਰਕੇ ਅੱਖਾਂ ਪੂੰਜੀਆਂ। ਪਰ ਬਾਬਾ ਗੁੱਸੇ ਕਿਉਂ ਹੋਇਆ, ਚਿੜੀ ਝੂਠ ਤਾਂ ਨਹੀਂ ਬੋਲ ਸਕਦੀ। ਖਰਗੋਸ਼ ਨੇ ਮੱਥੇ ਤੇ ਹੱਥ ਫੇਰਦਿਆਂ ਕਿਹਾ, ਹਾਂ ਹਾਂ ਇਹ ਸੋਚਣ ਵਾਲੀ ਗੱਲ ਹੈ। ਕਾਲੀ ਚਿੜੀ ਸਮੇਤ ਸਾਰਿਆਂ ਨੇ ਇੱਕੋ ਆਵਾਜ਼ ਚ ਕਿਹਾ, ਪਰ ਪਤਾ ਕਿਵੇਂ ਲੱਗੇ। ਮੱਝ ਦੀ ਪਿੱਠ ਤੇ ਬੈਠੇ ਕਾਂ ਨੇ ਕਿਹਾ, ਕੁਝ ਦਿਨ ਆਪਾਂ ਨੇ ਦਰਿਆ ਵੱਲ ਨਹੀਂ ਜਾਣਾ। ਖਰਗੋਸ਼ ਜਿਵੇਂ ਕੋਈ ਯੋਜਨਾ ਬਣਾ ਰਿਹਾ ਸੀ। ਇਸ ਨਾਲ ਕੀ ਹੋਵੇਗਾ, ਕਾਲੀ ਚਿੜੀ ਨੇ ਉਤਸੁਕਤਾ ਨਾਲ ਕਿਹਾ, ਵਕਤ ਆਉਣ ਤੇ ਪਤਾ ਲੱਗੇਗਾ। ਖਰਗੋਸ਼ ਨੇ ਕਾਲੀ ਚਿੜੀ ਦੇ ਨਾਲ ਹੋਰਾਂ ਪਸ਼ੂ ਪੰਛੀਆਂ ਵੱਲ ਦੇਖਦਿਆਂ ਕਿਹਾ, ਹੁਣ ਕੋਈ ਵੀ ਜੀ ਜਨੌਰ ਦਰਿਆ ਵੱਲ ਨਾ ਜਾਂਦਾ। ਬਰਸਾਤਾਂ ਦਾ ਮੌਸਮ ਸੀ, ਟੋਏ ਟਿੱਬੇ ਪਾਣੀ ਨਾਲ ਭਰੇ ਹੋਏ ਸਨ।
ਸਾਰੇ ਪਸ਼ੂ ਪੰਛੀ ਕਿਵੇਂ ਨਾ ਕਿਵੇਂ ਗੁਜ਼ਾਰਾ ਕਰਨ ਲੱਗੇ। ਇਸ ਤਰ੍ਹਾਂ ਕਈ ਦਿਨ ਬੀਤ ਗਏ। ਟੋਇਆਂ ਚਬੂਚਿਆਂ ਚੋਂ ਪਾਣੀ ਮੁੱਕਣ ਲੱਗਿਆ। ਕਾਲੀ ਚਿੜੀ ਨੂੰ ਇਸ ਗੱਲ ਦੀ ਫਿਕਰ ਹੋਣ ਲੱਗੀ, ਪਰ ਦਰਿਆ ਕੋਲ ਨਾ ਜਾਣ ਦਾ ਸਾਰਿਆਂ ਦਾ ਫੈਸਲਾ ਸੀ। ਉਧਰ ਦਰਿਆ ਪਸ਼ੂ ਪੰਛੀਆਂ ਦੇ ਨਾ ਆਉਣ ਕਾਰਨ ਉਦਾਸ ਰਹਿਣ ਲੱਗਾ। ਇਸ ਉਦਰੇਵੇਂ ਕਾਰਨ ਉਹ ਸੁੱਕਣ ਲੱਗਾ। ਕਿਉਂ ਬਈ ਬਿਰਖਾ, ਕੋਈ ਪੰਛੀ ਨਹੀਂ ਆਇਆ ਦਿਸਦਾ? ਦਰਿਆ ਨੇ ਪੰਛੀਆਂ ਦੀ ਟੋਹ ਲੈਣ ਕਾਰਨ ਜਾਣ ਕੇ ਪੁੱਛਿਆ। ਨਹੀਂ ਬਾਬਾ, ਕਈ ਦਿਨ ਹੋ ਗਏ, ਆਇਆ ਹੀ ਨਹੀਂ ਕੋਈ ਪੰਛੀ। ਬਿਰਖ ਨੇ ਦਰਿਆ ਨੂੰ ਪੁੱਛਣ ਦੇ ਰੋਹ ਚ ਕਿਹਾ, ਕਿਤੇ ਕੁਝ ਕਹਿ ਤਾਂ ਨਹੀਂ ਦਿੱਤਾ? ਦਰਿਆ ਬਿਰਖ ਨਾਲ ਚੌੜ ਕਰਨ ਲੱਗਾ। ਲੱਗਦਾ ਹੈ ਬਾਬਾ, ਤੇਰੇ ਨਾਲ ਨਾਰਾਜ਼ ਨੇ ਪੰਛੀ, ਮੈਂ ਤਾਂ ਕਦੇ ਕੁਝ ਨਹੀਂ ਕਿਹਾ। ਬਿਰਖ ਨੇ ਦਰਿਆ ਦੀਆਂ ਗੱਲਾਂ ਚੋਂ ਅੰਦਾਜ਼ਾ ਲਾਇਆ। ਹਾਂ, ਤੂੰ ਠੀਕ ਬੁੱਝਿਆ ਬਿਰਖਾ, ਮੇਰੇ ਨਾਲ ਹੀ ਨਾਰਾਜ਼ ਨੇ। ਦਰਿਆ ਗੰਭੀਰ ਹੋ ਕੇ ਬੋਲਿਆ, ਪਰ ਕਿਉਂ ਬਾਬਾ, ਤੂੰ ਤਾਂ ਬੜਾ ਸਹਿਜ ਮਤੇ ਵਾਲਾ ਹੈ। ਬਿਰਖ ਦਰਿਆ ਨੂੰ ਕਈ ਸਦੀਆਂ ਤੋਂ ਜਾਣਦਾ ਸੀ। ਤੂੰ ਜਾਣਦਾ ਹੈ ਕਿ ਮੇਰੇ ਵਿੱਚ ਕਿੰਨੀਆਂ ਨਦੀਆਂ ਨਹਿਰਾਂ ਦਾ ਪਾਣੀ ਮਿਲਦਾ ਹੈ? ਹੁਣ ਸ਼ਹਿਰ ਦੇ ਕਾਰਖਾਨਿਆਂ ਦਾ ਤੇਜ਼ਾਬੀ ਪਾਣੀ ਵੀ ਆ ਰਲਦਾ ਹੈ। ਬੋਲਦੇ ਬੋਲਦੇ ਜਿਵੇਂ ਦਰਿਆ ਨੂੰ ਸਾਹ ਚੜ ਗਿਆ ਹੋਵੇ। ਤੂੰ ਹੀ ਦੱਸ ਬਿਰਖਾ, ਮੈਂ ਆਪਣੇ ਬੱਚਿਆਂ ਨੂੰ ਕਿਵੇਂ ਪਿਆਵਾਂ ਗੰਦਾ ਪਾਣੀ? ਦਰਿਆ ਨੇ ਆਪਣੀ ਗੱਲ ਪੂਰੀ ਕੀਤੀ। ਮੈਂ ਸਮਝ ਗਿਆ ਬਾਬਾ, ਤੇਰੇ ਸੁਭਾਅ ਦੀ ਤਲਖੀ ਦਾ ਕਾਰਨ। ਬਿਰਖ ਨੇ ਦਰਿਆ ਵੱਲ ਦੇਖਦਿਆਂ ਕਿਹਾ, ਉਹ ਰਹੀ ਬਾਬਾ ਤੇਰੀ ਪਿਆਰੀ ਕਾਲੀ ਚਿੜੀ। ਕਾਲੀ ਚਿੜੀ ਨੂੰ ਨਿੱਕੇ ਜਿਹੇ ਚਾਲੇ ਕੋਲ ਬੈਠਾ ਦੇਖ ਕੇ ਉਤਸੁਕਤਾ ਨਾਲ ਬਿਰਖ ਨੇ ਕਿਹਾ। ਕਾਲੀ ਚਿੜੀ ਨਿੱਕੇ ਜਿਹੇ ਚਾਲੇ ਚੋਂ ਪਾਣੀ ਪੀਣ ਦੀ ਕੋਸ਼ਿਸ਼ ਕਰ ਰਹੀ ਸੀ। ਪਾਣੀ ਥੋੜਾ ਹੋਣ ਕਾਰਨ ਪੀਣਾ ਮੁਸ਼ਕਲ ਸੀ। ਆ ਜਾ ਚਿੜੀਏ, ਪਾਣੀ ਪਿਆਵਾਂ। ਦਰਿਆ ਨੇ ਚਿੜੀ ਨੂੰ ਔਖਾ ਹੁੰਦਾ ਦੇਖ ਕੇ ਕਿਹਾ, ਨਾ ਵੇ ਬਾਬਾ, ਰੱਜੀ ਤੇ ਆਈ ਤੇਰੇ ਪਾਣੀ ਤੋਂ, ਮੇਰੀ ਨਿੱਕੀ ਜਿਹੀ ਦੇਹ ਲਈ ਇਹ ਪਾਣੀ ਕਾਫੀ ਹੈ। ਚਿੜੀ ਨੇ ਦਰਿਆ ਵੱਲ ਬਿਨਾਂ ਦੇਖਦਿਆਂ ਕਿਹਾ, ਨਾ ਚਿੜੀਏ, ਇਉਂ ਨਾ ਕਹਿ। ਜਦੋਂ ਤੋਂ ਤੁਸੀਂ ਪਸ਼ੂ ਪੰਛੀਆਂ ਨੇ ਮੇਰੇ ਤੋਂ ਮੂੰਹ ਮੋੜਿਆ, ਉਦੋਂ ਤੋਂ ਮੈਂ ਵੀ ਦੁਖੀ ਹਾਂ। ਦਰਿਆ ਦਾ ਗੱਲ ਭਰ ਆਇਆ, ਅਸੀਂ ਮੂੰਹ ਨਹੀਂ ਮੋੜਿਆ, ਤੈਨੂੰ ਹੀ ਪਾਣੀ ਦਾ ਹੰਕਾਰ ਹੋ ਗਿਆ ਸੀ। ਚਿੜੀ ਗੁੱਸੇ ਚ ਬੋਲਣ ਲੱਗੀ, ਆਕੜ ਨਾ ਚਿੜੀਏ, ਦਰਿਆ ਕਦੇ ਵੀ ਹੰਕਾਰਿਆ ਨਹੀਂ, ਮੈਂ ਇਸ ਗੱਲ ਦਾ ਗਵਾਹ ਹਾਂ। ਬਿਰਖ ਨੇ ਚਿੜੀ ਨੂੰ ਜਵਾਬ ਦਿੱਤਾ ਜੋ ਦੋਵਾਂ ਦੀਆਂ ਗੱਲਾਂ ਸੁਣ ਰਿਹਾ ਸੀ। ਬਿਰਖ ਠੀਕ ਕਹਿੰਦਾ ਚਿੜੀਏ, ਤੇਜ਼ਾਬੀ ਪਾਣੀ ਵਿੱਚ ਮਿਲਣ ਕਾਰਨ ਬਾਬੇ ਦੀ ਤਬੀਅਤ ਖਰਾਬ ਹੋ ਗਈ ਸੀ, ਫੇਰ ਨਾਲੇ ਉਹ ਆਪ ਨੂੰ ਗੰਦਾ ਪਾਣੀ ਨਹੀਂ ਪਿਲਾਉਣਾ ਚਾਹੁੰਦਾ ਸੀ, ਇਸ ਲਈ ਉਹ ਤਲਖ ਹੋ ਗਿਆ। ਕਾਂ ਨੇ ਚਿੜੀ ਕੋਲ ਆਉਂਦਿਆਂ ਕਿਹਾ, ਕਾਂ ਨੇ ਬਿਰਖ ਅਤੇ ਦਰਿਆ ਦੀਆਂ ਗੱਲਾਂ ਸੁਣ ਲਈਆਂ ਸਨ। ਦਰਿਆ ਤਾਂ ਰਮਤਾ ਹੈ ਜੋ ਸਦੀਆਂ ਤੋਂ ਤੁਰਿਆ ਆ ਰਿਹਾ, ਤੂੰ ਨਹੀਂ ਸਮਝ ਸਕੇਂਗੀ ਚਿੜੀਏ। ਖਰਗੋਸ਼ ਨੇ ਦਰਿਆ ਵੱਲ ਦੇਖਦਿਆਂ ਚਿੜੀ ਨੂੰ ਕਿਹਾ, ਦਰਿਆ ਨੇ ਪਾਣੀ ਨੂੰ ਸਾਫ ਕਰਨ ਲਈ ਇੱਕ ਨਾਟਕ ਰਚਿਆ ਸੀ, ਨਿੱਕੀਏ ਚਿੜੀਏ। ਮਗਰਮੱਛ ਨੇ ਦਰਿਆ ਦੀ ਬੁੱਕਲ ਚੋਂ ਬਾਹਰ ਮੂੰਹ ਕੱਢਿਆ, ਪਰ ਕਿਉਂ? ਚਿੜੀ ਨੇ ਚੀਕਦਿਆਂ ਕਿਹਾ, ਕਿਉਂਕਿ ਪਾਣੀ ਵੀ ਤਾਂ ਸਾਫ ਕਰਨਾ ਸੀ। ਮਗਰਮੱਛ ਨੇ ਦਰਿਆ ਵੱਲ ਦੇਖ ਕੇ ਕਿਹਾ, ਮੈਂ ਤਾਂ ਮਾਫ਼ੀ ਵੀ ਨਹੀਂ ਮੰਗ ਸਕਦੀ, ਮੈਂ ਸੱਚਮੁੱਚ ਸਮਝ ਨਾ ਸਕੀ। ਚਿੜੀ ਦੀਆਂ ਅੱਖਾਂ 'ਚ ਪਰਲ ਪਰਲ ਹੰਝੂ ਵਹਿਣ ਲੱਗੇ। ਕਿਉਂ ਨਹੀਂ ਮੰਗ ਸਕਦੀ? ਬਾਂਦਰ ਛਾਲ ਮਾਰ ਕੇ ਵਿਚਾਲੇ ਆ ਗਿਆ। ਇੱਕ ਸ਼ਰਤ ਤੇ, ਦਰਿਆ ਨੇ ਜ਼ੋਰ ਦੇ ਕੇ ਕਿਹਾ। ਸਾਰੇ ਜਾਨਵਰ ਹੈਰਾਨੀ ਨਾਲ ਦਰਿਆ ਵੱਲ ਦੇਖਣ ਲੱਗੇ। ਮੈਨੂੰ ਹਰ ਸ਼ਰਤ ਮਨਜ਼ੂਰ ਹੈ,
ਕਾਲੀ ਚਿੜੀ ਨੇ ਅੱਖਾਂ ਪੂੰਝਦਿਆਂ ਕਿਹਾ, ਜੇ ਤੂੰ ਮੇਰਾ ਸਾਰਾ ਪਾਣੀ ਇੱਕੋ ਸਾਹੇ ਪੀ ਜਾਵੇਂ। ਦਰਿਆ ਨੇ ਹੱਸਦਿਆਂ ਕਿਹਾ, ਠੀਕ ਹੈ। ਕਾਲੀ ਚਿੜੀ ਪਾਣੀ ਪੀਣ ਲੱਗੀ। ਬਸ ਕਰ ਚਿੜੀਏ, ਢਿੱਡ ਪਾੜ ਜੂ, ਬਾਂਦਰ ਨੇ ਤਾੜੀ ਮਾਰਦਿਆਂ ਕਿਹਾ। ਸਾਰੇ ਜੀ ਜੰਤ ਹੱਸਣ ਲੱਗਦੇ ਹਨ। ਹੁਣ ਸਾਰੇ ਪਸ਼ੂ ਪੰਛੀ ਪਾਣੀ ਪੀਣ ਲੱਗੇ। ਕੁਝ ਪੰਛੀ ਦਰਿਆ ਤੇ ਉੱਡਣ ਲੱਗੇ। ਦਰਿਆ ਖੁਸ਼ੀਆਂ ਨਾਲ ਉਛਾਲੇ ਮਾਰਨ ਲੱਗਿਆ। ਕੀ ਸਿੱਖਿਆ? ਨਦੀਆਂ, ਦਰਿਆ ਆਦਿ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਜ਼ਰੂਰੀ ਹੈ।